ਜਿਹੜੀਆਂ ਸਿੱਖ ਜਥੇਬੰਦੀਆਂ ਨੂੰ ਕੁਟਾਪਾ ਚਾੜਿਆ ਪ੍ਰਬੰਧਕ ਕਮੇਟੀ ਨੇ ਤੇ ਇਹ ਜਥੇਦਾਰ ਸੀ ਜਿਨੇ ਭਾਸ਼ਣ ਕਰਦਿਆਂ ਕਿਹਾ ਸੀ ਕਿ ਖਾਲਸਾ ਜੀ ਜਦੋਂ ਦੁੱਕੀ ਤਿੱਕੀ ਲੋਕ ਕਮੇਟੀ ਵੱਲ ਨੂੰ ਮੂੰਹ ਕਰਨ ਤੇ ਡਾਂਗਾ ਲੈ ਕੇ ਆਜੋ ਗਡਾਸੀਆਂ ਲੈ ਕੇ ਆਜੋ ਜੇ ਇਹੋ ਜਥੇਦਾਰ ਹੈ ਜਿਹੜਾ ਹੁਣ ਕਹਿੰਦਾ ਕਿ ਮੈਨੂੰ ਧੀਆਂ ਤੇ ਭੈਣਾਂ ਦੀਆਂ ਗਾਲਾਂ ਦਿੱਤੀਆਂ ਅਕਾਲੀ ਲੀਡਰਾਂ ਨੇ ਇਹਨਾਂ ਦਾ ਜਿਹੜਾ ਰਵਾਇ ਉਹ ਖਸਾਂਜਾ ਹੀ ਆ ਇਹਨਾਂ ਨੇ ਕੌਮ ਨਾਲ ਹਮੇਸ਼ਾ ਧਰੋਹ ਕੀਤਾ ਹੈ ਕੌਮ ਦੇ ਨਾਲ ਨਾ ਪਹਿਲਾਂ ਨੇਵੇ ਨਾ ਹੋਣੇ ਬਣਾ ਸਾਰੇ ਮੈਂਬਰ ਵੀ ਉਹ ਬਾਦਲ ਦਲਦੇ ਨੇ ਇਹ ਵੀ ਬਾਦਲ ਦਲਦੇ ਸੀਗੇ ਇਹਨਾਂ ਮੈਂਬਰਾਂ ਦੇ ਵਿੱਚੋਂ ਗੇਮ ਬਦਲਨੀ ਆ ਇਹ ਭਾਵੇਂ ਉਧਰ ਚਲ ਜੇ ਭਾਵੇਂ ਉਧਰ ਹੀ ਚਲ ਜੇ ਕੌਮ ਨੂੰ ਸਾਹ ਨਹੀਂ ਮਿਲਣਾ ਕੌਮ ਨੂੰ ਰਾਹ ਨਹੀਂ ਮਿਲਣਾ ਕਿਸੇ ਗਰੀਬ ਬੱਚੇ ਦਾ ਫਾਇਦਾ ਨਹੀਂ ਹੋ ਰਿਹਾ ਕਿਸੇ ਬਿਮਾਰ ਦਾ ਇਲਾਜ ਨਹੀਂ ਹੋ ਰਿਹਾ ਕਿਸੇ ਯਾਤਰੀ ਨੂੰ ਕੋਈ ਕਮਰਾ ਨਹੀਂ ਮਿਲ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ ਦੋ ਚੋਣਾਂ ਨੂੰ ਲੈ ਕੇ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਇੱਕ ਤਾਂ ਪੰਜਾਬ ਦੀਆਂ ਚਾਰ ਜਿਮਣੀ ਚੋਣਾਂ ਔਰ ਦੂਜੇ ਪਾਸੇ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਤਾਂ ਸਾਡੇ ਨਾਲ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਸਿੰਘ ਸਾਹਿਬ ਤੁਸੀਂ ਇਸ ਪੂਰੇ ਸਮੀਕਰਨ ਨੂੰ ਕਿੱਦਾਂ ਦੇਖ ਰਹੇ ਹੋ ਇੱਕ ਪਾਸੇ ਤਾਂ ਅਕਾਲੀ ਦਲ ਨੇ ਮਨਾ ਹੀ ਕਰਤਾ ਕਿ ਅਸੀਂ ਚੋਣ ਹੀ ਨਹੀਂ ਲੜਨੀ ਦੂਜੇ ਪਾਸੇ ਬੀਬੀ ਜ਼ਗੀਰਕੌਰ ਜਿਹੜੀ ਪਹਿਲਾਂ ਪ੍ਰਧਾਨ ਵੀ ਰਹਿ ਚੁੱਕੇ ਨੇ ਇਸ ਵਾਰ ਅਕਾਲੀ ਸੁਧਾਰ ਲਹਿਰ ਦੇ ਵੱਲੋਂ ਉਮੀਦਵਾਰ ਬਣ ਰਹੇ ਨੇ ਤੁਸੀਂ ਕਿੱਦਾਂ ਦੇਖਦੇ ਦੇਖੋ ਇਹ ਤੇ ਸਾਰੇ ਮੈਂਬਰ ਵੀ ਉਹ ਬਾਦਲ ਦਲ ਦੇ ਨੇ ਇਹ ਵੀ ਬਾਦਲ ਦਲ ਦੇ ਸੀਗੇ ਇਹਨਾਂ ਮੈਂਬਰਾਂ ਦੇ ਵਿੱਚੋਂ ਗੇਮ ਬਦਲਨੀ ਆ ਇਹ ਭਾਵੇਂ ਉਧਰ ਚਲ ਜੇ ਭਾਵੇਂ ਉਧਰ ਹੀ ਚਲ ਜੇ ਕੌਮ ਨੂੰ ਸਾਹ ਨਹੀਂ ਮਿਲਣਾ ਕੌਮ ਨੂੰ ਰਾਹ ਨਹੀਂ ਮਿਲਣਾ ਇਹ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂ ਬਾਕੀ ਜਿਹੜੀ ਇਲੈਕਸ਼ਨ ਹੋ ਰਹੀ ਆ ਨਾ ਇਹ 22 ਇਲੈਕਸ਼ਨ ਹੋ ਰਹੀ ਆ ਉਹਦੇ ਵਿੱਚ ਭਾਜਪਾ ਨੇ ਜਿਹੜੇ ਬਾਦਲ ਦਲ ਦੇ ਉਧਾਰੇ ਬੰਦੇ ਲੈ ਕੇ ਖੜੇ ਕੀਤੇ ਆ ਤੇ ਬਾਦਲ ਦਲ ਭੱਜ ਗਿਆ ਮੈਦਾਨ ਛੱਡ ਕੇ ਇਹ ਆ ਚਾਲ ਪਾਲ ਪਾਦੀ ਤੇ ਕਾਲੀ ਦਲ ਦੀ ਜਿਹੜੀ ਆਉਣ ਵਾਲੇ ਸਮੇਂ ਚ ਦਿਸਣੀ ਆ ਲੋਕਾਂ ਨੂੰ ਹੁਣ ਤੋਂ ਸੁਚੇਤ ਹੋਣਾ ਚਾਹੀਦਾ ਅਸੀਂ ਭਾਜਪਾ ਨੂੰ ਇਹ ਕਹਾਂਗੇ ਜਿੱਥੇ ਮਰਜ਼ੀ ਕਰੋ ਜਿੱਥੇ ਮਰਜ਼ੀ ਰਾਜਨੀਤੀ ਕਰੋ ਜਿਹਦੇ ਨਾਲ ਜ ਮਰਜ਼ੀ ਗੱਠ ਜੋੜ ਕਰੋ ਪਰ ਸਾਡੀ ਸਿੱਖ ਕੌਮ ਦੀ ਜਿਹੜੀ ਇੱਕ ਵਿਰਾਸਤ ਆ ਸਾਡੀ ਗੁਰੂ ਨਾਨਕ ਦੀ ਸਰਕਾਰ ਆ ਉਹਨੂੰ ਫਰੀ ਕਰੋ ਉਹਦਾ ਗਾਲ ਘੁੱਟੋ ਨਾ ਜਿਹੜਾ ਸਾਡਾ ਜਮਹੂਰੀਅਤ ਦਾ ਹੱਕ ਆ ਉਹ ਸਾਨੂੰ ਦਿਓ ਇਲੈਕਸ਼ਨ ਕਰਾਓ ਇਲੈਕਸ਼ਨ ਕਿਉਂ ਨਹੀਂ ਹੋ ਰਿਹਾ ਇੱਕ 14 ਸਾਲ ਤੋਂ ਇੱਕ ਜਿਹਨੂੰ ਲੋਕ ਤਿਆਗ ਚੁੱਕੇ ਹੈ ਜਿਸ ਪਰਿਵਾਰ ਨੂੰ ਬਾਦਲ ਪਰਿਵਾਰ ਨੂੰ ਉਹਨੂੰ ਤੁਸੀਂ ਧੱਕੇ ਨਾਲ ਕਮੇਟੀ ਸੌਂਪੀ ਹੋਈ ਉਹ 1500 ਕਰੋੜ ਦੇ ਉੱਤੇ ਸਾਈਨ ਕਰਦਾ ਪਿਆ ਇਹਦਾ ਕੀ ਮਤਲਬ ਹੈ ਕਿਸੇ ਗਰੀਬ ਬੱਚੇ ਦਾ ਫਾਇਦਾ ਨਹੀਂ ਹੋ ਰਿਹਾ ਕਿਸੇ ਬਿਮਾਰ ਦਾ ਇਲਾਜ ਨਹੀਂ ਹੋ ਰਿਹਾ ਕਿਸੇ ਯਾਤਰੀ ਨੂੰ ਕੋਈ ਕਮਰਾ ਨਹੀਂ ਮਿਲ ਰਿਹਾ ਇਹ ਜੋ ਜਿਹੜਾ ਵੀ ਕ腐ਸ਼ਨ ਹੋ ਰਹੀ ਹੈ ਜਿਹੜਾ ਵੀ ਇਹ ਕੌਮ ਦੇ ਨਾਲ ਧਰੋ ਹੋ ਰਿਹਾ ਇਹ ਸੈਂਟਰ ਸਰਕਾਰ ਦੀ ਮਿਲੀ ਭੁਗਤਣਾ ਹੋ ਰਿਹਾ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਸੇਖ ਕੌਮ ਨੂੰ ਉਹਦਾ ਹੱਕ ਦੇਵੇ ਕੌਮ ਦੁਬਿਧਾ ਦੇ ਵਿੱਚ ਹੈ ਕੁਝ ਦਿਨ ਪਹਿਲਾਂ ਇੱਕ ਅਕਾਲੀ ਆਗੂ ਨੂੰ ਪੰਜ ਤਖਤਾਂ ਦੇ ਜਥੇਦਾਰ ਅਕਾਲੀ ਦਲ ਤੋਂ ਬਾਹਰ ਕੱਢਣ ਦਾ ਹੁਕਮ ਦਿੰਦੇ ਨੇ ਅਗਲੇ ਦਿਨ ਤਖਤ ਦੇ ਜਥੇਦਾਰ ਅੱਖਾਂ ਦੇ ਵਿੱਚ ਅੱਥਰੂ ਉਹਨਾਂ ਦੇ ਨਜ਼ਰ ਆ ਰਹੇ ਔਰ ਵੀਡੀਓ ਜਾਰੀ ਕਰਦੇ ਨੇ ਇਹ ਕਿਦਾਂ ਇਹ ਕਿੰਨੂੰ ਕਿਦਾਂ ਦੇਖ ਦੇਵੀ ਉਹ ਸਹੀ ਸਹੀ ਗੱਲ ਉਹ ਉਹਨਾਂ ਨੇ ਜਿਹੜੇ ਜਥੇਦਾਰ ਨੇ ਉਹਨਾਂ ਨੇ ਸਿਰਫ ਇਹਨਾਂ ਆਗੂਆਂ ਦੀ ਸਪੋਰਟ ਲੈ ਕੇ ਦੂਜਿਆਂ ਨੂੰ ਛੱਲਣਾ ਸਿੱਖਿਆ ਸੀ ਦੂਜਿਆਂ ਦਾ ਅਪਮਾਨ ਕਰਨਾ ਸਿੱਖਿਆ ਸੀ ਇਹੀ ਉਹ ਜਥੇਦਾਰ ਆ ਜਿਨ੍ਹਾਂ ਨੇ ਜਿਹੜੀਆਂ ਸਿੱਖ ਜਥੇਬੰਦੀਆਂ ਨੂੰ ਕੋਟਾਪਾ ਚਾੜਿਆ ਪ੍ਰਬੰਧਕ ਕਮੇਟੀ ਨੇ ਤੇ ਇਹ ਜਥੇਦਾਰ ਸੀ ਜਿਨੇ ਭਾਸ਼ਣ ਕਰਦਿਆਂ ਕਿਹਾ ਸੀ ਕਿ ਖਾਲਸਾ ਜੀ ਜਦੋਂ ਦੁੱਕੀ ਤਿੱਕੀ ਲੋਕ ਕਮੇਟੀ ਵੱਲ ਨੂੰ ਮੂੰਹ ਕਰਨ ਤੇ ਡਾਂਗਾ ਲੈ ਕੇ ਆਜੋ ਗੰਡਾਸੀਆਂ ਲੈ ਕੇ ਆਜੋ ਜੇ ਇਹ ਉਹ ਜਥੇਦਾਰ ਆ ਜਿਹੜਾ ਹੁਣ ਕਹਿੰਦਾ ਕਿ ਮੈਨੂੰ ਧੀਆ ਤੇ ਭੈਣਾਂ ਦੀਆਂ ਗਾਲਾਂ ਦਿੱਤੀਆਂ ਖਾਲੀ ਲੀਡਰਾਂ ਨੇ ਆ ਖਾਲੀ ਲੀਡਰ ਵੀ ਉਹ ਨੇ ਜਥੇਦਾਰ ਵੀ ਉਹ ਨੇ ਤਾਂ ਇਹ ਇਹ ਇਹਨਾਂ ਦਾ ਜਿਹੜਾ ਰਵਾਇ ਉਹ ਖਸਾਂਜਾਈ ਆ ਇਹਨਾਂ ਨੇ ਕੌਮ ਨਾਲ ਹਮੇਸ਼ਾ ਧਰੋਹ ਕੀਤਾ ਹੈ ਕੌਮ ਦੇ ਨਾਲ ਨਾ ਪਹਿਲਾਂ ਨਿਭਿਆ ਨਾ ਹੋਣ ਨਿਭਣਾ ਇੱਕ ਜਿਹੜਾ ਤੁਸੀਂ ਸ਼ਰੇ ਆਮ ਕਹਿੰਦੇ ਹੋ ਕਿ ਇੱਕ ਪਰਿਵਾਰ ਜਿਹੜਾ ਪੂਰੀ ਕਮੇਟੀ ਨੂੰ ਚਲਾਉਂਦਾ ਹੈ ਕੱਲ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਹੋ ਗੱਲ ਕਹੀ ਤਾਂ ਹਾਲਾਂਕਿ ਉਹ ਪਤਿਤ ਹੈ ਤਾਂ ਉਹਨਾਂ ਨੂੰ ਕਾਰਵਾਈ ਦੇ ਕਰਕੇ ਬਿਆਨ ਜਾਰੀ ਕਰ ਦਿੱਤਾ ਗਿਆ ਤੁਸੀਂ ਸ਼ਰੇ ਆਮ ਬੋਲਦੇ ਹੋ ਤੁਹਾਡੇ ਖਿਲਾਫ ਕਿਉਂ ਨਹੀਂ ਦੇਖੋ ਉਹਨੂੰ ਪਤਿਤ ਨਹੀਂ ਅਸੀਂ ਕਹਿ ਸਕਦੇ ਪਤਿਤ ਉਹ ਹੁੰਦਾ ਬੰਦਾ ਜਿਹੜਾ ਅੰਮ੍ਰਿਤਧਾਰੀ ਹੋ ਕੇ ਤੇ ਬੇਦਬੀ ਕਰੇ ਕੇਸਾਂ ਦੀ ਜਾਂ ਕਾਲੇ ਕਰੇ ਜਾਂ ਕੱਟੇ ਜਾਂ ਸ਼ਰਾਬ ਪੀਵੇ ਉਹ ਅੰਮ੍ਰਿਤਧਾਰੀ ਹੋ ਕੇ ਜਿਹੜਾ ਕਰੇ ਉਹਨੂੰ ਅਸੀਂ ਪਤਤ ਕਹਿ ਸਕਦੇ ਹਾਂ ਅਸੀਂ ਜਿੰਨੇ ਅੰਮ੍ਰਿਤ ਪਾਣ ਹੀ ਨਹੀਂ ਕੀਤਾ ਉਹਨੂੰ ਅਸੀਂ ਪਤਤ ਕਿਵੇਂ ਕਹਿ ਸਕਦੇ ਹਾਂ ਉਹਨੂੰ ਤੇ ਰਾਸੀ ਤੌਰ ਤੇ ਜਿਹੜਾ ਤਖਤ ਦਾ ਕੰਮ ਕੀ ਸ਼ੁਰੂ ਕੀਤਾ ਇਹਨਾਂ ਬਾਦਲਾਂ ਨੇ ਵੀ ਜਿਹਨੂੰ ਰਾਸੀ ਤੌਰ ਤੇ ਬੇਇਜ਼ਤੀ ਕਰਨੀ ਉਹਨੂੰ ਕਾਲ ਤਖਤ ਤੇ ਬੁਲਾ ਲਓ ਜਿਹਨੂੰ ਸੋਭਾ ਦੇਣੀ ਉਹਨੂੰ ਪੰਥਰਤਨ ਦਾ ਖਿਤਾਬ ਦੇ ਦਿਓ ਇਹ ਸਾਰੇ ਤਖਤ ਤਖਤ ਦੀ ਮਿੱਟੀ ਪ੍ਰੀਤ ਕਰਨ ਵਾਲੇ ਇਹ ਬਾਦਲ ਪਰਵਾਰਿਆ ਜਿਹੜਾ ਅਜ ਤਖਤ ਦੀ ਕਿਰਪਾ ਨਾਲ ਆਪ ਮਿੱਟੀ ਹੋਇਆ ਪਿਆ ਪਰ ਇੱਕ ਜਿਹੜਾ ਲੋਕਾਂ ਨੂੰ ਸਮਝ ਨਹੀਂ ਆ ਰਹੀ ਇੱਕ ਤਾਂ ਮੈਂ ਸਮਝਣਾ ਚਾਹੁੰਦਾ ਕਿ ਤਨਖਾਈ ਆ ਦੀ ਪਰਵਾਸ਼ਾ ਕੀ ਹੈ ਕਿਉਂਕਿ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦੇ ਦਿੱਤਾ ਪਰਵਾਸ਼ਾ ਇਹੀ ਹੁੰਦੀ ਹੈ ਜਿਹੜੀ ਅਦਾਲਤ ਵੱਲੋਂ ਗਿਲਟੀ ਕਰਾਰ ਦੇ ਦੇਣਾ ਕਿ ਤੁਸੀਂ ਦੋਸ਼ੀ ਕਹਾਂ ਦਿੱਤੇ ਜਾ ਰਹੇ ਹੋ ਸਜ਼ਾ ਤੁਹਾਨੂੰ 3 ਦਿਨ ਠਹਿਰ ਕੇ ਦਿੱਤੀ ਜਾਉ ਕਦੇ ਪਹਿਲਾਂ ਇਹ ਨਹੀਂ ਹੋਇਆ ਕਿ ਤਨਖਾਈਆ ਕਰਾਰ ਹੋ ਗਿਆ ਉਸ ਤੋਂ ਬਾਅਦ ਵਿੱਚ ਵਿਚਾਲੇ ਜਾ ਕੇ ਪਰਮਿਸ਼ਨ ਮੰਗੀ ਜਾਏ ਕਿ ਸਾਨੂੰ ਚੋਣ ਪ੍ਰਚਾਰ ਕਰਨ ਦਾ ਇਹ ਕਰਾਰ ਕਿਉਂ ਦਿੱਤਾ ਉਹਦੀ ਵਜ੍ਹਾ ਕੀ ਉਹ ਨਹੀਂ ਦੱਸ ਰਿਹਾ ਤਨਖਾਈਆ ਕਰਾਰ ਜਿਹੜਾ ਦਿੱਤਾ ਉਹਦਾ ਡਾਕੂਮੈਂਟ ਨਹੀਂ ਪ੍ਰੈਸ ਨੂੰ ਦੇ ਰਿਹਾ ਤੋ ਇਹ ਬੋਕਲ ਚ ਲੱਡੂ ਪੋਰ ਦੇ ਪਏ ਹਾਂਜੀ ਪਰ ਇਸ ਚੀਜ਼ ਨੂੰ ਕਿਦਾਂ ਦੇਖਦੇ ਹੋ ਕਿ ਇੱਕ ਦਿਨ ਪਹਿਲਾਂ ਇੱਕ ਜਥੇਦਾਰ ਨੂੰ ਮਿਲਦਾ ਡੈਲੀਗੇਸ਼ਨ ਉਹ ਪਰਮਿਸ਼ਨ ਮੰਗਦਾ ਕਿ ਸਾਨੂੰ ਚੋਣ ਪੰਜਾਬ ਪ੍ਰਚਾਰ ਲਈ ਪਰਮਿਸ਼ਨ ਸਮਾਂ ਦਿੱਤਾ ਜਾ ਦੇਖੋ ਇਹ ਡਰਾਮੇ ਬਾਜ਼ੀਆਂ ਨੇ ਇਹਨਾਂ ਨੇ ਰਾਹ ਸਾਫ ਕਰਨਾ ਸੀ ਚਾਰ ਇਲੈਕਸ਼ਨਾਂ ਦੇ ਵਿੱਚ ਭਾਜ ਪਾ ਲਈ ਉਹ ਕਰ ਦਿੱਤਾ ਤੇ ਜਿਹੜੀ ਹੁਣ ਐਸਜੀਪੀਸੀ ਦੀ ਚੋਣ ਨੂੰ ਲੈ ਕੇ ਅੱਜ ਇਹ ਵੀ ਧਮੀ ਸਾਹਿਬ ਵੱਲੋਂ ਕਿਹਾ ਗਿਆ ਕਿ ਸਾਰੀਆਂ ਪਾਰਟੀਆਂ ਇੱਕ ਵੱਡੇ ਨੂੰ ਸਾਡੇ ਖਿਲਾਫ ਲੱਗੀ ਨਹੀਂ ਨਹੀਂ ਸਾਰੀਆਂ ਪਾਰਟੀਆਂ ਹੈ ਕਿਹੜੀਆਂ ਮੈਂਬਰ ਤੇ ਬਾਦਲਾਂ ਦੀਆਂ ਦਿੱਤੀਆਂ ਟਿਕਟਾਂ ਦੇ ਨੇ ਸਾਰੀਆਂ ਪਾਰਟੀਆਂ ਕਿਧਰੋਂ ਆ ਗਈਆਂ ਅਗਰ ਸਾਰੇ ਧਿਰ ਚਾਉਂਦੀ ਆ ਵੀ ਇਹ ਮਗਰੋਂ ਲੱਥਣ ਤੇ ਉਹ ਤੁਸੀਂ ਨਹੀਂ ਲੈ ਰਹੇ ਤੇ ਇਹਦਾ ਮਤਲਬ ਇਹ ਥੋੜਾ ਵੀ ਸਾਰਿਆਂ ਦਾ ਜ਼ੋਰ ਲੱਗ ਰਿਹਾ ਸਾਰੇ ਮੈਂਬਰ ਬਣਾਓ ਨਵੀਂ ਇਲੈਕਸ਼ਨ ਕਰੋ ਤੁਹਾਨੂੰ ਪਤਾ ਲੱਗੂ ਇਹ ਧਾਮੀ ਸਾਹਿਬ ਇਲੈਕਸ਼ਨ ਕਰਾਉਣ ਇਹ ਨੂੰ ਆਪਣੇ ਭੰਕਰਨ ਹਾਊਸ ਨੂੰ ਨਵੀਂ ਇਲੈਕਸ਼ਨ ਹੋਵੇ ਫਿਰ ਕਵੇ ਫਿਰ ਇਲਜ਼ਾਮ ਲਾਵੇ ਜੋ ਲਾਉਣਾ ਇੱਕ ਜਥੇਦਾਰਾਂ ਦੀ ਨਿਯੁਕਤੀ ਔਰ ਸੇਵਾ ਮੁਕਤੀ ਨੂੰ ਲੈ ਕੇ ਵੀ ਅਕਸਰ ਸਵਾਲ ਉੱਠਦੇ ਨੇ ਕਿ ਉਹਦਾ ਜਿਹੜਾ ਵਿਧੀ ਵਿਧਾਨ ਉਹ ਤੈ ਹੋਣਾ ਚਾਹੀਦਾ ਵਿਧੀ ਵਿਧਾਨ ਬਾਦਲ ਪਰਿਵਾਰ ਕਰਦਾ ਹੋਣਾ ਨਹੀਂ ਚਾਹੀਦਾ ਹੁੰਦਾ ਪੱਥ ਵੱਲੋਂ ਤੇ ਹੁੰਦਾ ਆ ਨਾਮ ਨਾਮ ਜਿਹੜੇ ਨਾਮ ਵਰ ਸਿੱਖ ਨੇ ਜਿਨ੍ਹਾਂ ਦੀ ਸਿੱਖ ਕੌਮ ਨੂੰ ਕੋਈ ਦੇਣ ਹੈ ਜਿਨ੍ਹਾਂ ਦੀ ਸਿੱਖ ਕੌਮ ਦੇ ਵਿੱਚ ਪਹਿਚਾਨ ਬਣੀ ਹੋਈ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਸਿਲੈਕਸ਼ਨ ਕੀਤੀ ਜਾਂਦੀ ਉਹਨਾਂ ਦੀ ਇਹ ਕਿਸੇ ਇੱਕ ਬਾਦਲ ਪਰਿਵਾਰ ਦੀ ਮਰਜ਼ੀ ਨਾਲ ਕੁਝ ਨਿਯੁਕਤ ਨਹੀਂ ਹੁੰਦਾ ਇਹ ਗ੍ਰੰਥੀਆਂ ਦੀਆਂ ਥਾਵਾਂ ਨਹੀਂ ਸੀ ਇਹ ਸਿਰ ਦੇਣ ਵਾਲਿਆਂ ਦੀਆਂ ਥਾਵਾਂ ਸੀ ਇਹ ਅਥਰੂ ਡੇਗ ਡੇਗਣ ਵਾਲਿਆਂ ਦੀਆਂ ਥਾਵਾਂ ਨਹੀਂ ਸੀ ਇਹ ਤੇ ਸਿਰ ਤਲੀ ਤੇ ਰੱਖ ਕੇ ਮਰਨ ਵਾਲਿਆਂ ਦੀਆਂ ਥਾਵਾਂ ਸੀ ਆਖਰੀ ਸਵਾਲ ਤੁਸੀਂ ਆਪਣੇ ਭਾਸ਼ਣ ਦੇ ਵਿੱਚ ਜ਼ਿਕਰ ਕੀਤਾ ਕਿ ਜਦੋਂ ਮੈਂ ਜਥੇਦਾਰ ਸੀ ਮੇਰੇ ਕੋਲ ਗੱਡੀ ਦੇ ਹਿਸਾਬ ਮੰਗੇ ਗਏ ਤਾਂ ਮੈਂ ਤਨਖਾਹ ਵੀ ਲੈਣੀ ਬੰਦ ਕਰਤੀ ਪਰ ਹੁਣ ਤੁਸੀਂ ਕਹਿ ਰਹੇ ਹੋ ਕਿ ਇੰਨੇ ਇੰਨੇ ਗਨਮੈਨ ਇੰਨੀਆਂ ਗੱਡੀਆਂ ਲੈ ਕੇ ਚੱਲਦੇ ਅੱਜ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤਕਰੀਬਨ ਡੇਢ ਦਰਜਣ ਆ ਦੋਵਾਂ ਦੇ ਕੋਲ ਗੱਡੀਆਂ ਜਿਹੜੀ 75 75 ਲੱਖ ਦੀ ਗੱਡੀ ਆ ਜਿਹੜੀ 40 40 ਲੱਖ ਦੀ ਗੱਡੀ ਉਹ ਡੇਢ ਦਰਜਣ ਇੱਕ ਹਰਪ੍ਰੀਤ ਸਿੰਘ ਤੇ ਇੱਕ ਰਗਵੀਰ ਸਿੰਘ ਇਹਨਾਂ ਦੇ ਕੋਲ ਜਿਹੜਾ ਗੱਡੀਆਂ ਦਾ ਕਾਫਲਾ ਡੇਢ ਦਰਜਣ ਗੱਡੀਆਂ ਨੇ ਦੋਵਾਂ ਕੋਲ ਔਰ ਉਹਨਾਂ ਦਾ ਕੋਈ ਕੰਮ ਹੈ ਨਹੀਂਗਾ ਕੋਈ ਇਹਨਾਂ ਨੇ ਦਸਾਂ ਸਾਲਾਂ ਵਿੱਚ ਕੋਈ ਕਾਲ ਤੱਕ ਤੇ ਅਹਿਮ ਫੈਸਲਾ ਕੀਤਾ ਤੇ ਸਾਨੂੰ ਦੱਸਣ ਨਹੀਂ ਤੇ ਗੁਰੂ ਘਰ ਤੇ ਬੋਝ ਕਿਉਂ ਬਣੇ ਹੋਏ ਨੇ 100-100 ਇਹਨਾਂ ਦਾ ਗੰਨ ਮੈਨੂੰ ਗੁਰੂ ਘਰ ਚ ਰੋਟੀਆਂ ਖਾਂਦਾ ਗੁਰੂ ਘਰ ਦੇ ਇੱਕ ਕਮਰਿਆਂ ਚ ਸੌਂਦਾ ਇਹ ਜਿਹੜੇ ਇਹਨਾਂ ਨੇ ਕਈ-ਕਈ ਮਕਾਨ ਮੱਲੇ ਹੋਏ ਨੇ ਲੱਖਾਂ ਰੁਪਏ ਤਨਖਾਹ ਲੈ ਰਹੇ ਨੇ ਤੇ ਇਹ ਕੌਮ ਦਾ ਕੀ ਸਵਾਰ ਰਹੇ ਨੇ ਕੌਮ ਨੂੰ ਕੀ ਰਾਹ ਦੇ ਰਹੇ ਨੇ ਅਸੀਂ ਤੇ ਜਦੋਂ ਸੇਵਾ ਕੀਤੀ ਨਾ ਤਨਖਾਹ ਲਈ ਨਾ ਇਹਨਾਂ ਦੀ ਗੱਡੀ ਲਈ ਇਹ ਰਿਕਾਰਡ ਹੈ ਕਮੇਟੀ ਚ ਅਸੀਂ ਜਦੋਂ ਇਹਨਾਂ ਨੇ ਕਿਹਾ ਨਾ ਕਿ ਤੁਹਾਡਾ ਤੇ ਮੇਰਾ 6 ਮਹੀਨਾ ਚ 80 ਲੱਖ ਰੁਪਏ ਅਸੀਂ ਬੇਲ ਇਹਨਾਂ ਦਾ ਤੇ 15 ਦਿਨਾਂ ਚ ਵੀ 80 ਲੱਖ ਥੋੜਾ ਵਾ ਜਿੰਨੀ ਸਿਕਿਉਰਿਟੀ ਖਤਰਾ ਕਿੰਨਾ ਤੋਂ ਇਹਨਾਂ ਨੂੰ ਇਹ ਮੈਨੂੰ ਨਹੀਂ ਸਮਝ ਆ ਰਹੀ ਮੇਰੇ ਤੋਂ ਜ਼ਿਆਦਾ ਕਿਸੇ ਦੇ ਕਿਸੇ ਨੂੰ ਖਤਰਾ ਨਹੀਂ ਹੈਗਾ ਇਹ ਤੇ ਗ੍ਰੰਥੀ ਨੇ ਕਥਾ ਕਰਨ ਵਾਲੇ ਨੇ ਤੇ ਮੈਂ ਤੇ ਇਹ ਦੇ ਬਲਕੇ ਜਿੰਨੇ ਵੀ ਗ੍ਰੰਥੀਆਂ ਨੇ ਪਹਿਲਾਂ ਸਿਕਿਉਰਿਟੀ ਲਈ ਪੂਰ ਸਿੰਘ ਨੇ ਵਧਾਂਤੀ ਮੇਰਾ ਨਾਮ ਲਿਖਾ ਕੇ ਲਈ ਕਿ ਸਾਨੂੰ ਇਹਦੇ ਤੋਂ ਖਤਰਾ ਹਾਂਜੀ ਤੇ ਅਸੀਂ ਤੇ ਗੁਰੂ ਦੇ ਆਸਰੇ ਕੱਲੇ ਤੁਰੇ ਫਿਰਦੇ ਹਾਂ ਅਹੀਂ ਨਾ ਕਿਸੇ ਨੂੰ ਥ੍ਰੈਟ ਦਿੰਦੀ ਆ ਨਾ ਸਿਲੇ ਨੇ ਜਿਵੇਂ ਐਸਜੀਪੀਸੀ ਦੀਆਂ ਚੋਣਾਂ ਦੇ ਲਈ ਵੋਟਾਂ ਹੁਣ ਬਣਦਾ ਕੰਮ ਸ਼ੁਰੂ ਹੋ ਗਿਆ ਕੀ ਐਸਜੀਪੀਸੀ ਚੋਣਾਂ ਦੇ ਵਿੱਚ ਤੁਸੀਂ ਜਾਂ ਤੁਹਾਡਾ ਕੋਈ ਦਲ ਸ਼ਮੂਲੀਅਤ ਕਾਲੀ ਲਹਿਰ ਵੱਲੋਂ ਇਲੈਕਸ਼ਨ ਲੜਾਂਗੇ ਪੂਰੀ ਉਹਦੇ ਲਈ ਇੱਕ ਕਨਵੈਨਸ਼ਨ ਕੀਤੀ ਸੀ ਪਰ ਇਹਨੇ ਭਾਈ ਰਣਜੀਤ ਸਿੰਘ ਜਿਨ੍ਹਾਂ ਨੇ ਕਈ ਜਿਹੜੇ ਐਸੇ ਸਵਾਲ ਜਿਹੜੇ ਕਿ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਨੇ ਤਾਂ ਉਹਨਾਂ ਦੇ ਜਵਾਬ ਵੀ ਦਿੱਤੇ ਔਰ ਨਾਲ ਦੀ ਨਾਲ ਜਿਹੜੇ ਮੌਜੂਦਾ ਜਥੇਦਾਰ ਨੇ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਵੀ ਖੜੇ ਕੀਤੇ ਤਾਂ ਜਿਹੜੀ ਇਸ ਵੇਲੇ ਅਕਾਲੀ ਸੁਧਾਰ ਲਹਿਰ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਅਸੀਂ ਆਪਣਾ ਪ੍ਰਧਾਨ ਬਣਾਵਾਂਗੇ ਤਾਂ ਉਹਨਾਂ ਦਾ ਕਹਿਣਾ ਕਿ ਉਹ ਵੀ ਇੱਕ ਪਰਿਵਾਰ ਦੇ ਨਾਲ ਉਹ ਟੁੱਟੇ ਹੋਏ ਹੀ ਲੋਕ ਨੇ ਤੇ ਇਸ ਕਰਕੇ ਜੇਕਰ ਉਹਨਾਂ ਦੇ ਵਿੱਚੋਂ ਕੋਈ ਵੀ ਪ੍ਰਧਾਨ ਬਣਦਾ ਤਾਂ ਉਹਨਾਂ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਅੰਤਰ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਆਉਣ ਵਾਲਾ ਤਾਂ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਆਉਣ ਵਾਲੀਆਂ ਜਿਹੜੀਆਂ ਐਸਜੀਪੀਸੀ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਐਸਜੀਪੀਸੀ ਮੈਂਬਰ ਦੀ ਚੋਣ ਲੜਦੇ ਹੋਏ ਨਜ਼ਰ ਆਉਣਗੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਅਜੀਤ ਸ਼ਰਮਾ న్యూਸ ਦੀ ਟੀਮ ਅੰਮ੍ਰਿਤਸਰ